ਮੈਂ ਬਤੌਰ ਪੰਜਾਬੀ ਦੇ ਕਲਾਕਾਰ ਦੇ ਤੌਰ ਤੇ ਵੀ ਬਹੁਤ ਵਿਦੇਸ਼ਾਂ ਚ ਵੀ ਵਿਚਰਿਆ ਬਹੁਤ ਦੁਨੀਆ ਭਰ ਦੇ ਵਿਦਵਾਨਾਂ ਨੂੰ ਵੀ ਮਿਲਿਆ ਸ਼ਾਇਰਾਂ ਨੂੰ ਮਿਲਿਆ ਮੇਰੀ ਦੋਸਤੀ ਹੈ ਚੰਗੀ ਸ਼ਾਇਰੀ ਨਾਲ ਮੇਰੀ ਦੋਸਤੀ ਹੈ ਮੈਂ ਪੜਦਾ ਸੁਣਦਾ ਰਹਿਣਾ ਪਤਾ ਨਹੀਂ ਕਿਉਂ ਪਿਛਲੇ ਕੁਝ ਦਹਾਕਿਆਂ ਤੋਂ ਅਸੀਂ ਪੰਜਾਬੀ ਬੋਲਣ ਵੇਲੇ ਸ਼ਰਮਾਉਣ ਲੱਗ ਗਏ ਕਹੇਰ ਅਗਲਾ ਕੀ ਸਮਝੂਗਾ ਲੈ ਪੰਜਾਬੀ ਬੋਲੀ ਜਾਂਦਾ ਤਾਂ ਉਹਦੇ ਚ ਰਸੂਲ ਹਮਜ਼ਾ ਤੋਂ ਵੀ ਲਿਖਦਾ ਹੈ ਕਿਤਾਬ ਚ ਕਹਿੰਦਾ ਜੇ ਮੈਂ ਇੱਕ ਅੰਗਰੇਜ਼ ਦੇ ਅੱਗੇ ਬੋਲ ਰਿਹਾ ਮੈਂ ਆਪਣੀ ਦਾਗੀ ਬੋਲੀ ਬੋਲ ਰਿਹਾ ਪਾਕਿਸਤਾਨ ਦੀ ਦਾਗੀ ਬੋਲੀ ਸੀ ਮੈਂ ਆਪਣੀ ਦਾਗੀ ਬੋਲੀ ਬੋਲ ਰਿਹਾ ਅੰਗਰੇਜ਼ ਆਪਣੀ ਅੰਗਰੇਜੀ ਬੋਲੀ ਬੋਲ ਰਿਹਾ ਹੈ ਉਹ ਆਪਣੀ ਮਾਂ ਬੋਲੀ ਬੋਲ ਰਿਹਾ ਹੈ ਮੈਂ ਆਪਣੀ ਮਾਂ ਬੋਲੀ ਬੋਲ ਰਿਹਾ ਤਾਂ ਮੈਂ ਸਿਰਫ ਮੈਨੂੰ ਹੀ ਜਾਹਲ ਜਾਣ ਪੜ ਕਿਉਂ ਕਿਹਾ ਜਾ ਰਿਹਾ ਹੈ ਜਦ ਕਿ ਉਹਦੀ ਮਾਂ ਬੋਲੀ ਹੈ ਮੇਰੀ ਮਾਂ ਬੋਲੀ ਹੈ ਮਾਂਵਾਂ 'ਚ ਕੋਈ ਫਰਕ ਨਹੀਂ ਹੁੰਦਾ ਪਤਾ ਨਹੀਂ ਤਾਂ ਜਿਹੜੀ 200 ਸਾਲ ਅੰਗਰੇਜ਼ ਸਾਡੇ ਤੇ ਰਾਜ ਕਰਕੇ ਗਏ ਉਹਦਾ ਜ਼ਹਿਨੀ ਗੁਲਾਮੀ ਅਜੇ ਹੈਗੀ ਹੈ ਸਾਨੂੰ ਇਹ ਲੱਗਦਾ ਹੈ ਕਿ ਸ਼ਾਇਦ ਸਾਡੀ ਭਾਸ਼ਾ ਤੋਂ ਵੱਡੀ ਹੈ ਕੋਈ ਭਾਸ਼ਾ ਹੋਰ ਪਤਾ ਨਹੀਂ ਅਸੀਂ ਵੀ ਆਟੋਮੈਟਿਕ ਮੋਡ ਤੇ ਲੱਗੇ ਹੋਏ ਆਂ ਆਟੋ ਲੈਂਗੁਏਜ ਤੇ ਲੱਗੇ ਹੋਏ ਆਂ ਮੋਬਾਈਲ ਫੋਨਾਂ ਵਾਂਗੂ ਚੰਗੇ ਭਲੇ ਗੱਡੀ ਦੇ ਵਿੱਚ ਜਾਂਦੇ ਆਂ ਦਿੱਲੀ ਨੂੰ ਗੱਡੀ 'ਚ ਪੰਜਾਬੀ 'ਚ ਗੱਲਾਂ ਕਰਦੇ ਜਾਵਾਂਗੇ ਅੰਬਾਲਾ ਟੱਪ ਕੇ ਆਪੀ ਹਿੰਦੀ 'ਚ ਹੋ ਜਾਂਦੇ ਆਂ ਪਤਾ ਨਹੀਂ ਕਿ ਕਿਵੇਂ ਮੋਡ ਚੇਂਜ ਹੋ ਜਾਂਦਾ ਹੈ ਮੈਨੂੰ ਸਮਝ ਨਹੀਂ ਦੀ ਆਈ ਰਿਕਸ਼ੇ ਵਾਲੇ ਨੂੰ ਅਸੀਂ ਕਹਿੰਦੇ ਆ ਕਿ ਫਲਾਨੀ ਬਸਤੀ ਜਾਣਾ ਉੱਤਰ ਕੇ ਕਹਿਣਾ ਹਾਂ ਭਈ ਕਿਤਨੇ ਪੈਸੇ ਰਿਕਸ਼ੇ ਵਾਲਾ ਕਹਿੰਦਾ 5 ਰੁਪਏ ਦਿਓ ਤੇ ਖੜਾ ਛੱਡੋ ਉਹ ਪੰਜਾਬੀ ਬੋਲ ਰਿਹਾ ਹੁੰਦਾ ਸਾਨੂੰ ਪਤਾ ਨਹੀਂ ਕਿਉਂ ਲੱਗਦਾ ਕਿ ਅਸੀਂ ਕੋਈ ਹੋਰ ਬੋਲੀ ਬੋਲ ਕੇ ਵੱਡੇ ਸਮਝੇ ਜਾਵਾਂਗੇ ਜਾਂ ਸਾਨੂੰ ਕੁਝ ਸਮਝਿਆ ਜਾਊਗਾ ਕਿ ਤੁਸੀਂ ਵਿਦਵਾਨ ਵੇਖੋ এবੀਪੀ ਸੰਜਾ ਪੰਜਾਬ ਦੇ ਸਾਰੇ ਵੱਡੇ ਪਲੇਟਫਾਰਮਸ ਤੇ ਮੈਂ ਬਤੌਰ ਪੰਜਾਬੀ ਦੇ ਕਲਾਕਾਰ ਦੇ ਤੌਰ ਤੇ ਵੀ ਬਹੁਤ ਵਿਦੇਸ਼ਾਂ ਚ ਵੀ ਵਿਚਰਿਆ ਬਹੁਤ ਦੁਨੀਆ ਭਰ ਦੇ ਵਿਦਵਾਨਾਂ ਨੂੰ ਵੀ ਮਿਲਿਆ ਸ਼ਾਇਰਾਂ ਨੂੰ ਮਿਲਿਆ ਮੇਰੀ ਦੋਸਤੀ ਹੈ ਚੰਗੀ ਸ਼ਾਇਰੀ ਨਾਲ ਮੇਰੀ ਦੋਸਤੀ ਹੈ ਮੈਂ ਪੜਦਾ ਸੁਣਦਾ ਰਹਿਣਾ ਪਤਾ ਨਹੀਂ ਕਿਉਂ ਪਿਛਲੇ ਕੁਝ ਦਹਾਕਿਆਂ ਤੋਂ ਅਸੀਂ ਪੰਜਾਬੀ ਬੋਲਣ ਵੇਲੇ ਸ਼ਰਮਾਉਣ ਲੱਗ ਗਏ। ਕਿ ਯਾਰ ਅਗਲਾ ਕੀ ਸਮਝੂਗਾ ਲੈ ਪੰਜਾਬੀ ਬੋਲੀ ਜਾਂਦਾ। ਤਾਂ ਉਹਦੇ 'ਚ ਸੂਲ ਹਮਜ਼ਾ ਤੋਂ ਵੀ ਲਿਖਦਾ ਕਿਤਾਬ 'ਚ। ਕਹਿੰਦਾ ਜੇ ਮੈਂ ਇੱਕ ਅੰਗਰੇਜ਼ ਦੇ ਅੱਗੇ ਬੋਲ ਰਿਹਾ ਮੈਂ ਆਪਣੀ ਦਾਗੀ ਬੋਲੀ ਬੋਲ ਰਿਹਾ, ਪਾਕਿਸਤਾਨ ਦੀ ਦਾਗੀ ਬੋਲੀ ਸੀ। ਮੈਂ ਆਪਣੀ ਦਾਗੀ ਬੋਲੀ ਬੋਲ ਰਿਹਾ। ਅੰਗਰੇਜ਼ ਆਪਣੀ ਅੰਗਰੇਜ਼ੀ ਬੋਲੀ ਬੋਲ ਰਿਹਾ ਹੈ ਉਹ ਆਪਣੀ ਮਾਂ ਬੋਲੀ ਬੋਲ ਰਿਹਾ ਹੈ ਮੈਂ ਆਪਣੀ ਮਾਂ ਬੋਲੀ ਬੋਲ ਰਿਹਾ ਤਾਂ ਮੈਂ ਸਿਰਫ ਮੈਨੂੰ ਹੀ ਜਾਹਲ ਜਾਣ ਪੜ ਕਿਉਂ ਕਿਹਾ ਜਾ ਰਿਹਾ ਹੈ ਜਦ ਕਿ ਉਹਦੀ ਮਾਂ ਬੋਲੀ ਹੈ ਮੇਰੀ ਮਾਂ ਬੋਲੀ ਹੈ ਮਾਂਵਾਂ 'ਚ ਕੋਈ ਫਰਕ ਨਹੀਂ ਹੁੰਦਾ ਪਤਾ ਨਹੀਂ ਤਾਂ ਜਿਹੜੀ 200 ਸਾਲ ਅੰਗਰੇਜ਼ ਸਾਡੇ ਤੇ ਰਾਜ ਕਰਕੇ ਗਏ ਉਹਦਾ ਜ਼ਹਿਨੀ ਗੁਲਾਮੀ ਅਜੇ ਹੈਗੀ ਹੈ ਸਾਨੂੰ ਇਹ ਲੱਗਦਾ ਹੈ ਕਿ ਸ਼ਾਇਦ ਸਾਡੀ ਭਾਸ਼ਾ ਤੋਂ ਵੱਡੀ ਹੈ ਕੋਈ ਭਾਸ਼ਾ ਹੋਰ ਪਤਾ ਨਹੀਂ ਅਸੀਂ ਵੀ ਆਟੋਮੈਟਿਕ ਮੋਡ ਤੇ ਲੱਗੇ ਹੋਏ ਆ ਆਟੋ ਲੈਂਗੁਏਜ ਤੇ ਲੱਗੇ ਹੋਏ ਆ ਮੋਬਾਈਲ ਫੋਨਾਂ ਵਾਂਗੂ ਚੰਗੇ ਭਲੇ ਗੱਡੀ ਦੇ ਵਿੱਚ ਜਾਂਦੇ ਆ ਦਿੱਲੀ ਨੂੰ ਗੱਡੀ 'ਚ ਪੰਜਾਬੀ 'ਚ ਗੱਲਾਂ ਕਰਦੇ ਜਾਵਾਂਗੇ ਅੰਬਾਲਾ ਟੱਪ ਕੇ ਆਪੀ ਹਿੰਦੀ 'ਚ ਹੋ ਜਾਂਦੇ ਆ ਪਤਾ ਨਹੀਂ ਕਿ ਕਿਵੇਂ ਮੋਡ ਚੇਂਜ ਹੋ ਜਾਂਦਾ ਹੈ ਮੈਨੂੰ ਸਮਝ ਨਹੀਂ ਦੀ ਆਈ ਰਿਕਸ਼ੇ ਵਾਲੇ ਨੂੰ ਅਸੀਂ ਕਹਿੰਦੇ ਆ ਕਿ ਫਲਾਨੀ ਬਸਤੀ ਜਾਣਾ ਉੱਤਰ ਕੇ ਕਹਿਣਾ ਹਾਂ ਭਈ ਕਿਤਨੇ ਪੈਸੇ ਰਿਕਸ਼ੇ ਵਾਲਾ ਕਹਿੰਦਾ ਜੀ 5 ਰੁਪਏ ਦਿਓ ਤੇ ਖੜਾ ਛੱਡੋ ਉਹ ਪੰਜਾਬੀ ਬੋਲ ਰਿਹਾ ਹੁੰਦਾ ਸਾਨੂੰ ਪਤਾ ਨਹੀਂ ਕਿਉਂ ਲੱਗਦਾ ਹੈ ਕਿ ਅਸੀਂ ਕੋਈ ਹੋਰ ਬੋਲੀ ਬੋਲ ਕੇ ਵੱਡੇ ਸਮਝੇ ਜਾਵਾਂਗੇ ਜਾਂ ਸਾਨੂੰ ਕੁਝ ਸਮਝਿਆ ਜਾਊਗਾ ਕਿ ਤੁਸੀਂ ਵਿਦਵਾਨ ਵੇਖੋ এবিপি ਸੰਜਾ ਪੰਜਾਬ ਦੇ ਸਾਰੇ ਵੱਡੇ ਪਲੇਟਫਾਰਮਸ ਤੇ